ਬਰਨਾਲਾ ਵਿਖੇ ਹਰ ਸਾਲ ਸਰਦਾਰ ਅਮਨਦੀਪ ਸਿੰਘ ਰਾਠੌਰ ਵੱਲੋਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਜਿਉਂਦੇ ਰੱਖਣ ਲਈ ਵਿਰਸਾ ਸੰਭਾਲ ਵਿਰਾਸਤ ਮੇਲੇ ਕਰਵਾਏ ਜਾਂਦੇ ਨੇ। ਇਸ ਸਾਲ 8ਵਾਂ ਵਿਰਸਾ ਸੰਭਾਲ ਵਿਰਾਸਤ ਮੇਲਾ ਕਰਵਾਇਆ ਗਿਆ, ਜਿਸ ਵਿਚ ਕੁਸ਼ਤੀਆਂ, ਨਾਟਕ, ਗਤਕਾ, ਦਸਤਾਰ ਮੁਕਾਬਲੇ ਕਰਵਾਏ ਗਏ ਤੇ ਇਸ ਮੇਲੇ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਵੱਲੋਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਗੱਲ ਕਰੀਏ ਦੰਗਲ ਕੁਸ਼ਤੀਆਂ ਦੀ ਤਾਂ ਸਵਰਗੀ ਸਰਦਾਰ ਵਜੀਰ ਸਿੰਘ ਦਾ ਸਪੁੱਤਰ ਸ਼ਤਰੂ ਪਹਿਲਵਾਨ ਤੇ ਸਪੁੱਤਰ ਹੈਪੀ ਪਹਿਲਵਾਨ ਵੀ ਇਸ ਮੇਲੇ ਦੀ ਰੌਣਕ ਬਣੇ। ਪਹਿਲਾਂ ਪਿਓ ਦਾ ਚੰਡਿਆ, ਫਿਰ ਭਰਾ ਦਾ ਚੰਡਿਆ ਤੇ ਫਿਰ ਉਸਤਾਦ ਦਾ ਚੰਡਿਆ। ਸਾਡੀ ਮੁਰਾਦ ਸ਼ਤਰੂ ਪਹਿਲਵਾਨ ਗੋਪਾਲਪੁਰੀਆ, ਜਿਸ ਵੱਲੋਂ ਇਸ ਮੇਲੇ ਦੀ ਝੰਡੀ ਪੱਟੀ ਗਈ। ਸ਼ਤਰੂ ਪਹਿਲਵਾਨ ਵੱਲੋਂ ਇਹ ਝੰਡੀ ਜਿੱਤ ਕੇ ਇੱਕ ਵਾਰ ਫਿਰ ਆਪਣੇ ਪਿਓ, ਭਰਾ ਤੇ ਉਸਤਾਦ ਦਾ ਨਾਮ ਚਮਕਾਇਆ ਗਿਆ। ਬਲਜੀਤ ਸਮਾਣਾ 800 ਢਿਡੋੜਾ, ਜਸ਼ਨ ਪੱਟੀ ਮਨਵਾਜ, ਚੀਮਾ ਸਾਹਿਬ, ਚੰਦਨ ਖੇੜੀ, ਜੱਦੀ ਨਾਭਾ, ਜਾਸੀਨ ਮਲੇਰਕੋਟਲਾ, ਗੁਰਪ੍ਰੀਤ ਪਹਿਲਵਾਨ ਜੀ ਅੰਬਾਲਾ, ਗੁਰਪ੍ਰੀਤ ਸਮਾਣਾ ਤੇ ਸੋਨੂ ਘੱਗਰ ਸਰਾ, ਦੋ ਦੋ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਬਾਅਦ ਬੜੀ ਤਕੜੀ ਚੱਲਦੀ ਹੋਈ ਬਹੁਤ ਤਕੜੀ ਕੁਸ਼ਤੀ ਹੈ ਜੀ। ਮੈਦਾਨ ਦੇ ਵਿੱਚ ਚੱਲਦੀ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ, ਇੱਕ ਪਾਸੇ ਸੁਖਚੈਨ ਪਹਿਲਵਾਨ ਗੋਪਾਲਪੁਰ ਸਵਰਗਵਾਸੀ ਵਜ਼ੀਰ ਪਹਿਲਵਾਨ ਜੀ ਉਹਨਾਂ ਦਾ ਸਪੁੱਤਰ ਹੈ, ਤੇ ਦੂਜੇ ਪਾਸੇ ਪਹਿਲਵਾਨ ਸਰਸਾ ਰਾਤ ਸੋਨੇ ਦੀ ਹੋਣੀ ਹੈ, ਕੌਣ ਜਿੱਤ ਪ੍ਰਾਪਤ ਕਰਦਾ। ਹਾਂ ਮੈਂ ਵੀ ਬੋਲਦਾ ਕਹਿੰਦਾ ਲੱਗਦੀ ਜਵਾਨੀ ਚੰਗੀ ਹੱਸਦੀ ਖੇਡਦੀ, ਜੱਚਦਾ ਬੁਢਾਪਾ ਜੀ ਸਿਆਣੀ ਗੱਲ ਕਰੇ ਤਾਂ ਇੱਜ਼ਤ ਕੁਮਾਰੀ ਦੀ ਡਰ ਮੰਨੇ ਮਾਪਿਆਂ ਦਾ, ਸੂਰਮੇ ਦੀ ਹੇਠੀ ਜੀ ਮੈਦਾਨੀ ਜੰਗ ਲੜੇ ਦਾ ਕਾਹਦਾ ਪਹਿਲਵਾਨ ਚੰਡੀ ਫੇਰੇ ਨਾ ਮੈਦਾਨ ਵਿੱਚ, ਫਿਰਦੀ ਝੰਡੇ ਨੂੰ ਜਿਹੜਾ ਮੂਹਰੇ ਹੋ ਕੇ ਫੜੇਗਾ, ਕਾਹਦਾ ਕਲਾਕਾਰ ਖੁਸ਼ ਰੱਖੇ ਨਾ ਸਰੋਤਿਆਂ ਨੂੰ, ਸੋਚੇ ਤੇ ਵਿਚਾਰੇ ਗੱਲ ਮੌਕੇ ਵਾਲੀ ਕਰੇ ਨਾ, ਸੋਚੇ ਤੇ ਵਿਚਾਰੇ ਗੱਲ ਮੌਕੇ ਵਾਲੀ ਕਰੇ ਨਾ, ਮੌਕੇ ਵਾਲੀ ਗੱਲ ਕਰਨਗੇ ਪ੍ਰਧਾਨ ਜੀ। ਹਾਂਜੀ ਵਾਹ ਚੱਲਦੀ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ, ਕਹਿੰਦਾ ਮਾਲੀ ਦਾ ਕੰਮ ਫੁੱਲ ਲਗਾਉਣਾ, ਮਹਿਕ ਫੁੱਲਾਂ ਨੂੰ ਦੇਣੀ ਆਗਿਆਕਾਰੀ ਹੋ ਕੇ ਮਿਲਦੀ, ਜੇ ਸਿੱਖਿਆ ਕਿਸੇ ਤੋਂ ਲੈਣੀ ਉਹ ਪੱਕੇ ਇਰਾਦੇ ਮੰਜ਼ਿਲ ਦੀ, ਨਾ ਪਿੱਛੇ ਮੁੜ ਕੇ ਤੱਕਦੇ, ਮਲ ਉਹੀ ਬਣਦੇ ਨੇ ਜਿਹੜੇ ਲਾਲਾ ਮਿੰਟਾਂ ਥੱਕਦੇ, ਉਹ ਮਲ ਉਹੀ ਬਣਦੇ ਨੇ ਜਿਹੜੇ ਲਾ ਕੇ ਮਿੰਟਾਂ ਥੱਕਦੇ। ਇਸ ਤੋਂ ਬਾਅਦ ਬਲਜੀਤ ਪਹਿਲਵਾਨ ਸਮਾਣਾ, ਅਕਸ਼ੈ ਪਹਿਲਵਾਨ ਤਗੇੜਾ, ਇਹ ਤਿਆਰ ਰਿਹਾ ਪਹਿਲਵਾਨ, ਉਹ ਉਸ ਸਮੇਂ ਰਿੰਕੂ ਸਰਸਾ ਉੱਤਰਲੀ ਸਾਹਿਬ ਬਾਤ ਸਮੇਂ ਦੀ, ਕੌਣ ਜਿੱਤ ਪ੍ਰਾਪਤ ਕਰਦਾ। ਖਾਤੇ ਨੇ ਵਿਦਾਨ ਜੀ ਨੇ ਮੰਗਿਆ, ਕਹਿੰਦਾ ਉਸ ਨੇ ਗੋਟੀਆਂ ਲਵਾਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਦਾ ਮਾਉਣੀਆਂ। ਆਹ ਕੁਸ਼ਤੀ ਤਕੜੀ ਆ, ਬਹੁਤ ਹੀ ਤਕੜਾ ਮੁਕਾਬਲਾ ਦੋਨੇ ਪਹਿਲਵਾਨਾਂ ਦੇ ਵਿੱਚ। ਬਈ ਮਨਵਾਜ ਪਹਿਲਵਾਨ ਚੀਮਾ ਸਾਹਿਬ, ਜਸ ਪਹਿਲਵਾਨ ਪੱਟੀ, ਉਹਦੀ ਤਿਆਰ ਰਹੇ ਪਹਿਲਵਾਨ, ਇਸ ਤੋਂ ਬਾਅਦ ਤੁਹਾਡੀ ਕੁਸ਼ਤੀ ਕਰਵਾਈ ਜਾਣੀ ਆ। ਹਾਂਜੀ ਸਾਡੇ ਵਿੱਚ ਕੋਈ ਬਾਤ ਲੈ ਰਹੀ ਹੈ ਤੇ ਮੈਂ ਜਾਣਦਾ ਆਪੇ ਬੋਲ ਦੂੰਗਾ, ਕੋਈ ਗੱਲ ਨੀ। ਮੈਂ ਜੇਕਰ ਗਰਦਨ ਦੇ ਬੋਲਿਆ ਧਰਿਆ ਵੀ ਪਹਿਲਵਾਨ ਨੇ, ਰਿੰਕੂ ਪਹਿਲਵਾਨ ਸਰਸੇ ਨੇ,
ਇੱਕ ਪਾਸੇ ਹਰਿਆਣੇ ਦਾ ਪਹਿਲਵਾਨ ਹੈ, ਇੱਕ ਪਾਸੇ ਪੰਜਾਬ ਦਾ ਪਹਿਲਵਾਨ ਹੈ। ਹਰਿਆਣੇ ਤੇ ਪੰਜਾਬ ਦੀ ਟੱਕਰ ਹੋ ਰਹੀ ਹੈ ਬਰਨਾਲੇ ਦੀ ਪਵਿੱਤਰ ਧਰਤੀ ਦੇ ਉੱਤੇ, ਤੇ ਦੇਖੋ ਕਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦੇ। ਜਿੱਤ ਹਰ ਸਭ ਤੋਰੀ ਰੱਬਾ, ਜਿੱਤ ਹਰ ਸਭ ਤੋਰੀ, ਹਰ ਇੱਕ ਜੀਵ ਨੂੰ ਸਹਿ ਰੱਬ ਦੀ ਨਹੀਂ ਖਾਕ ਦੀ ਢੇਰੀ, ਜਿੱਤ ਹਰ ਸਭ ਤੋਰੀ ਰੱਬਾ, ਜਿੱਤ ਹਰ ਸਭ ਤੇਰੀ। ਬੜੀ ਤਕੜੀ ਕੁਸ਼ਤੀ ਚੱਲਦੀ ਹੋਈ ਇਸ ਟਾਈਮ, ਸੁਖਚੈਨ ਪਹਿਲਵਾਨ ਥੱਲੇ, ਰਿੰਕੂ ਪਹਿਲਵਾਨ ਸਰਸਾ ਉੱਪਰ, ਤੇ ਦੇਖੋ ਕਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦੇ। ਬਾਬਾ ਸ਼ਕੀਲ ਕਾਦਰੀ ਜੀ ਮਲੇਰ ਕੋਟਲੇ ਵਾਲੇ ਬਹੁਤ ਵਧੀਆ ਨਿਸ਼ਕਾਮ ਸੇਵਾ ਕਰੇ ਨੇ, ਪਾਣੀ ਦੀ ਸੇਵਾ ਨਿਭਾ ਰਹੇ ਨੇ, ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜੱਸਾ ਪਹਿਲਵਾਨ ਜੀ ਪੱਟੀ ਬਣਾ, ਜੋ ਉੱਚ ਕੋਟੀ ਦਾ ਪਹਿਲਵਾਨ ਹੈ, ਉਹ ਵੀ ਖਾੜੇ ਪਾਤਸ਼ਾਹ ਤੱਕ ਪਹੁੰਚੇ ਨੇ, ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਭਾਨਾ ਪਹਿਲਵਾਨ ਜੀ ਪੱਟੀ ਵਾਲੇ ਵੀ ਪਹੁੰਚੇ ਨੇ, ਭਾ ਜੋ ਕਿ ਜੱਸੇ ਪਹਿਲਵਾਨ ਦੇ ਉਸਤਾਦ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬੜੀ ਤਕੜੀ ਕੁਸ਼ਤੀ ਚੱਲਦੀ ਹੋਈ, ਦੇਖੋ ਕਿਹੜਾ ਪ੍ਰਾਪਤ ਕਰਦੇ। ਵਾਹ ਜੀ ਵਾਹ, ਆਹ ਕਰਦਨ ਤੇ ਮੋਢਾ ਧਰਿਆ ਵੀ ਮੰਨ ਲਈ, ਆਹ ਬੰਦੇ ਬੰਦੇ ਜੇ ਕੁਸ਼ਤੀ ਵਧੀਆ ਲੱਗ ਰਹੀ ਹੈ, ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਬੰਦੇ ਪਹਿਲਵਾਨਾਂ ਦੇ ਨਾਲ। ਮੈਦਾਨ ਦੇ ਵਿੱਚ ਬੜੀ ਜ਼ਬਰਦਸਤ ਕੁਸ਼ਤੀ ਚੱਲਦੀ ਸੀ, ਇੱਕ ਪਾਸੇ ਸੁਖਚੈਨ ਪਹਿਲਵਾਨ ਗੋਪਾਲਪੁਰ, ਦੂਜੇ ਪਾਸੇ ਰਿੰਕੂ ਪਹਿਲਵਾਨ ਸਰਸਾ। ਵਾਤਾ ਸਮਝਦੀਆਂ ਹੋ ਰਹੀਆਂ ਕੌਣ ਜਿੱਤ ਪ੍ਰਾਪਤ ਕਰਦਾ। ਉਹ ਬੱਲੇ 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 ਹਾਏ, ਇਹ ਸੁਖਚੈਨ ਪਹਿਲਵਾਨ ਗੋਪਾਲਪੁਰ, ਸਵਰਗ ਵਾਸੀ ਵਜ਼ੀਰ ਪਹਿਲਵਾਨ ਜੀ ਉਹਨਾਂ ਦਾ ਪੁੱਤਰ, ਇਸ ਕੁਸ਼ਤੀ ਵਿੱਚ ਜਿੱਤ ਪ੍ਰਾਪਤ ਕਰ ਗਿਆ। ਬਾਈ ਆ ਬਲਜੀਤ ਸਮਾਣਾ, ਅਕਸ਼ਰ ਤੰਗੇੜਾ, ਜਸਨ ਪੱਟੂ, ਮਨਵਾਜ ਪਹਿਲਵਾਨ।